ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਦੇ ਹਾਂ ਅੱਜ 26 ਜੁਲਾਈ ਦੀ ਕਿ ਸਵੇਰ ਤੋਂ ਅੱਜ ਸ਼ਾਮ ਤੱਕ ਪੰਜਾਬ ਦਾ ਮੌਸਮ ਕਿਵੇਂ ਰਹੇਗਾ ਸੋ ਪਹਿਲਾਂ ਤਾਜ਼ਾ ਸੈਟੇਲਾਈਟ ਦੀ ਤਸਵੀਰ ਦੇਖ ਰਹੇ ਹਾਂ ਕਿ ਇੱਕ ਤਕੜਾ ਬੱਦਲੀ ਸਿਸਟਮ ਲਗਭਗ ਅੱਧੀ ਰਾਤ ਤੋਂ ਬਾਅਦ ਉੱਤਰ ਪੱਛਮੀ ਭਾਰਤ ਦੇ ਜਿਹੜਾ ਇਲਾਕਾ ਉਸ ਨੂੰ ਪ੍ਰਭਾਵਿਤ ਕੀਤਾ ਉਹਨੇ ਜਿਵੇਂ ਕਿ ਰਾਤ ਵੀ ਦੱਸਿਆ ਸੀ ਕਿ ਜਿਹੜਾ ਪੰਜਾਬ ਦੇ ਉੱਤਰੀ ਤੇ ਕੁਝ ਪੱਛਮੀ ਖੇਤਰ ਹੋਣਗੇ ਖਾਸ ਤੌਰ ਤੇ ਮਾਝੇ ਦੇ ਖੇਤਰ ਤੇ ਨਾਲ ਲੱਗਦੇ ਦੋਆਬੇ ਦੇ ਸੋ ਇਹਨਾਂ ਭਾਗਾਂ ਵਿੱਚ ਅੱਧੀ ਰਾਤ ਤੋਂ ਲੈ ਕੇ ਸਵੇਰ ਤੱਕ ਆਪਾਂ ਨੂੰ ਮੀਂਹ ਦੇ ਕਤਵੀਰ ਦੇ ਦੇਖਣ ਨੂੰ ਮਿਲਣਗੇ ਤਾਂ ਉਸੇ ਤਰ੍ਹਾਂ ਦੱਸੇ ਮੁਤਾਬਕ ਇਹਨਾਂ ਖੇਤਰਾਂ ਦੇ ਵਿੱਚ ਇੱਕ ਤਕੜਾ ਬਦਲੀ ਸਿਸਟਮ ਪੱਛਮੀ ਪਾਸਿਓਂ ਆਇਆ ਹਾਲਾਂਕਿ ਪੰਜਾਬ ਤੱਕ ਪਹੁੰਚਦੇ ਪਹੁੰਚਦੇ ਉਹਦੀ ਇੰਟੈਂਸਿਟੀ ਕਾਫੀ ਘੱਟ ਗਈ ਪਰ ਫਿਰ ਵੀ ਮਾਝੇ ਦੇ ਜਿਹੜੇ ਪੱਛਮੀ ਖੇਤਰ ਨੇ ਪਠਾਨਕੋਟ ਗੁਰਦਾਸਪੁਰ ਹੋ ਗਿਆ ਤੇ ਕੁਝ ਭਾਗ ਆਪਣੇ ਅਸਰ ਦੇ ਨਾਲ ਉਸ ਤੋਂ ਬਾਅਦ ਜਲੰਧਰ ਕਪੂਰਥਲਾ ਤੇ ਹੁਸ਼ਿਆਰਪੁਰ ਦੇ ਇਲਾਕੇ ਸੋ ਇਹਨਾਂ ਜ਼ਿਲ੍ਹਿਆਂ ਦੇ ਕਈ ਹਿੱਸਿਆਂ ਦੇ ਵਿੱਚ ਚੰਗੀ ਬਰਸਾਤ ਦੇਖਣ ਨੂੰ ਮਿਲੀ ਹੈ ਕੁਝ ਇਲਾਕਿਆਂ ਵਿੱਚ ਕੇਵਲ ਬੱਦਲ ਵਾਈ ਰਹੀ ਹੈ ਕੁਝ ਵਿੱਚ ਮੀਂਹ ਵੀ ਹਲਕਾ ਦਰਮਿਆਨਾ ਤੇ ਇੱਕ ਦੋ ਹਿੱਸਿਆਂ ਦੇ ਵਿੱਚ ਤਕੜੇ ਸ਼ਰਾਟੇ ਵੀ ਪਏ ਨੇ ਖਾਸ ਤੌਰ ਤੇ ਮਾਝੇ ਦੇ ਇਲਾਕਿਆਂ ਵਿੱਚ ਤੇ ਉਸ ਤੋਂ ਬਾਅਦ ਹੁਣ ਇਹ ਜਿਹੜਾ ਬੱਦਲ ਸਿਸਟਮ ਹੈ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ ਪਰ ਬੱਦਲ ਵਾਈ ਹਾਲੇ ਵੀ ਜਿਹੜੀ ਅਗਲੇ 2-3 ਘੰਟਿਆਂ ਤੱਕ ਮਾਝੇ ਤੇ ਦੋਆਬੇ ਨੂੰ ਪ੍ਰਭਾਵਿਤ ਕਰਦੀ ਰਹੇਗੀ ਥੋੜੀ ਬਹੁਤ ਬੂੰਦਾਬੰਦੀ ਦੀ ਸੰਭਾਵਨਾ ਬਣੀ ਰਹੇਗੀ ਇਸ ਦੇ ਨਾਲ ਹੀ ਹੁਣ ਥੋੜੇ ਬਹੁਤ ਭਾਗੇ ਦੇ ਵਿੱਚ ਫਿਰੋਜ਼ਪੁਰ ਦੇ ਆ ਸਕਦੇ ਨੇ ਜਿੰਨਾ ਵਿੱਚ ਬੱਦਲਵਾਈ ਪਹੁੰਚ ਸਕਦੀ ਹੈ ਹਲਕੀ ਫੁਲਕੀ ਪਰ ਮੀਂਹ ਦੇ ਹਾਲਾਤ ਥੋੜੇ ਹੋਣਗੇ 20-30% ਹੀ ਹੋਣਗੇ ਲੁਧਿਆਣਾ ਦੇ ਥੋੜੇ ਬਹੁਤ ਖੇਤਰਾਂ ਵਿੱਚ ਨਵਾਂ ਸ਼ਹਿਰ ਦੇ ਥੋੜੇ ਬਹੁਤ ਇਲਾਕੇ ਸੋ ਇਹ ਇਲਾਕੇ ਬੱਦਲਵਾਈ ਦੇ ਹੰਦਰ ਪ੍ਰਭਾਵਿਤ ਹੋਣਗੇ ਤੇ ਉੱਥੇ ਹੀ ਪੂਰਬੀ ਹਿੱਸਿਆਂ ਵਿੱਚ ਚੰਡੀਗੜ੍ਹ ਦੇ ਜਿਹੜੇ ਖਾਸ ਇਲਾਕੇ ਹੋਣਗੇ ਚੰਡੀਗੜ੍ਹ ਮੋਹਾਲੀ ਸਾਈਡ ਦੇ ਜਿਹੜੇ ਕੀ ਹਰਿਆਣੇ ਵੱਲ ਨੂੰ ਪੈਂਦੇ ਨੇ ਉਹਨਾਂ ਹਿੱਸਿਆਂ ਵਿੱਚ ਮੀਂਹ ਦੇ ਹਾਲਾਤ ਟੁੱਟ ਮੇ ਰੂਪ ਵਿੱਚ ਪੈਚੀ ਰੂਪ ਵਿੱਚ ਛੋਟੇ-ਮੋਟੇ ਇਲਾਕਿਆਂ ਵਿੱਚ ਹਲਕੇ ਫੁਲਕੇ ਮੀਂਹ ਦੇ ਸ਼ਰਾਟੇ ਪੈ ਸਕਦੇ ਨੇ ਤੇ ਉੱਥੇ ਹੀ ਤੇ 7-8 ਵਜੇ ਦੇ ਆਸ-ਪਾਸ ਦੇਖਣ ਨੂੰ ਮਿਲ ਸਕਦੀਆਂ ਨੇ ਉਸ ਤੋਂ ਬਿਨਾ ਬਾਕੀ ਮੌਸਮ ਜਿਹੜਾ ਠੀਕ-ਠਾਕ ਹੈ ਛੋਟੇ-ਮੋਟੇ ਬੱਦਲਾਂ ਦੀ ਆਵਾਜ਼ ਹੀ ਦਿਨ ਵੇਲੇ ਵੀ ਦੇਖਣ ਨੂੰ ਮਿਲਦੀ ਰਹੇਗੀ ਜਿਹੜੇ ਕਿ 2-4 ਜ਼ਿਲ੍ਹਿਆਂ ਦੇ ਜਾਂ 1-2 ਜ਼ਿਲ੍ਹਿਆਂ ਦੇ ਛੋਟੇ-ਮੋਟੇ ਹਿੱਸਿਆਂ ਵਿੱਚ ਆਪਣੀਆਂ ਛੋਟੀਆਂ-ਮੋਟੀਆਂ ਕਾਰਵਾਈਆਂ ਕਰਨਗੇ ਬਿਨਾਂ ਕਿਸੇ ਵੱਡੀ ਅਪਡੇਟ ਤੋਂ ਪਰ ਦਿਨ ਦੇ ਵੇਲੇ ਕੋਈ ਵੱਡਾ ਤਕੜਾ ਮੌਸਮੀ ਸਿਸਟਮ ਬਣਨ ਦੀ ਸੰਭਾਵਨਾ ਫਿਲਹਾਲ ਘੱਟ ਹੀ ਨਜ਼ਰ ਆ ਰਹੀ ਹੈ ਮੌਸਮ ਜਿਹੜਾ ਜ਼ਿਆਦਾਤਰ 70-80% ਠੀਕ-ਠਾਕ ਹੈ 20-30% ਚਾਂਸੇ ਹੋਣਗੇ ਕਿ ਛੋਟੇ-ਮੋਟੇ ਬੱਦਲ ਬਣਨਗੇ ਜਿਹੜੇ ਕਿ ਆਉਂਦੇ ਜਾਂਦੇ ਹੋਏ ਕਹਦਾਂਗੇ ਕਿ ਥੋੜੀਆਂ ਬਹੁਤ ਮੌਸਮੀ ਹਲਚਲਾਂ ਦੇਣਗੇ। ਬਾਕੀ ਦੁਪਹਿਰ ਤੋਂ ਬਾਅਦ ਸ਼ਾਮ ਦੇ ਆਸ-ਪਾਸ ਹੋ ਸਕਦਾ ਹੈ ਕਿ ਕੋਈ ਛੋਟੇ-ਮੋਟੇ ਦਰਮਿਆਨੇ ਸਿਸਟਮ ਦੇ ਜਿਹੜੇ ਬੱਦਲੀ ਸਿਸਟਮ ਨੇ ਉਹ ਬਣ ਸਕਦੇ ਨੇ ਦਰਮਿਆਨੇ ਪੱਧਰ ਦੇ। ਉਹਨਾਂ ਨਾਲ ਹੋ ਸਕਦਾ ਹੈ ਕਿ 2-4 ਜ਼ਿਲ੍ਹੇ ਪ੍ਰਭਾਵਿਤ ਹੋ ਸਕਦੇ ਨੇ ਜੇਕਰ ਕੋਈ ਜਹੀ ਅਪਡੇਟ ਆਉਂਦੀ ਆ ਤਾਂ ਫਿਰ ਦੁਪਹਿਰ ਬਾਅਦ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ ਪਰ ਜ਼ਿਆਦਾਤਰ ਸਾਰੀ ਹੀ ਨੇ ਕਿ ਮੌਸਮ ਖੁਸ਼ਕ ਹੀ ਰਹੂਗਾ 80 ਤੋਂ ਲੈ ਕੇ 70-80% ਚਾਂਸ ਹੀ ਨੇ। ਹਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ ਜ਼ਿਆਦਾਤਰ ਪੂਰਬ ਦਿਸ਼ਾ ਤੋਂ ਹੀ ਵਗਣਗੀਆਂ ਹਵਾਵਾਂ ਦੇ ਵਿੱਚ ਫੇਰ ਬਦਲ ਹੋਣ ਦੀ ਸੰਭਾਵਨਾ ਘੱਟ ਹੈ ਦਿਨ ਦਾ ਟੈਂਪਰੇਚਰ 35 ਤੋਂ 37 38 ਡਿਗਰੀ ਦੇ ਵਿੱਚ ਘਰ ਰਹੇਗਾ